ਗਲੋਬਲ ਪੰਜਾਬ ਟੀਵੀ ਤੇ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਦਾ ਸਵਾਗਤ ਹੈ। ਅਸੀਂ ਪੰਜਾਬ ਨਸ਼ਿਆਂ ਦੇ ਰੁਝਾਨ ਨੂੰ ਲੈ ਕੇ ਦੋ ਪੜਾਅ ਵਿੱਚ ਚਰਚਾ ਕਰ ਰਹੇ ਹਾਂ ਔਰ ਖਾਸ ਤੌਰ ਤੇ ਉਹਦੇ ਜਿਹੜੀਆਂ ਪੋਲੀਟੀਕਲ ਪਾਰਟੀ ਤੇ ਉਹਨਾਂ ਦੇ ਜਿਹੜੇ ਆਗੂ ਹੈ, ਚਾਹੇ ਨੈਤਿਕ ਤੌਰ ਤੇ ਗੱਲ ਕਰੀਏ ਚਾਹੇ ਸਿਧਾਂਤਿਕ ਗੱਲ ਕਰੀਏ, ਉਹਨਾਂ ਦੀ ਕਿੰਨੀ ਜ਼ਿੰਮੇਵਾਰੀ ਬਣਦੀ ਹੈ। ਇਹ ਦੋ ਪੜਾਅ ਵਿੱਚ ਚਰਚਾ ਸਾਡੇ ਦੂਜੇ ਦੌਰ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਮੈਂ ਮੁੜ ਆਪਣੇ ਮਹਿਮਾਨਾਂ ਦਾ ਧੰਨਵਾਦੀ ਹਾਂ, ਜਿਨ੍ਹਾਂ 'ਚ ਵਿਨੀਤ ਜੋਸ਼ੀ ਜੀ, ਇਸ ਤਰ੍ਹਾਂ ਪੰਮੀ ਜੀ, ਅਤੇ ਇਸੇ ਤਰ੍ਹਾਂ ਸਾਡੇ ਤੀਜੇ ਮਹਿਮਾਨ ਜਿਹੜੇ ਸਰਵਜੀਤ ਬੰਦੇਰ। ਮੈਂ ਤਿੰਨਾਂ ਮਹਿਮਾਨਾਂ ਨੂੰ ਮੁੜ ਜੀ ਆਇਆਂ ਆਖਦਾ। ਕਈ ਅਹਿਮ ਸਵਾਲ ਜਿਹੜੇ ਸਾਡੇ ਪਹਿਲੇ ਪੜਾਅ ਦੀ ਚਰਚਾ ਤੋਂ ਰਹਿ ਗਏ ਸੀ ਆਪਣੇ ਮਹਿਮਾਨਾਂ ਨਾਲ ਹੁਣ ਸਾਂਝੇ ਕਰਾਂਗੇ। ਵਿਨੀਤ ਜੋਸ਼ੀ ਜੀ, ਜਿਹੜੀ ਭਾਰਤੀ ਜਨਤਾ ਪਾਰਟੀ ਪਹਿਲਾਂ ਹੀ ਕੌਮੀ ਪੱਧਰ 'ਤੇ ਉਲਝਣਾਂ 'ਚ ਫਸੀ ਹੋਈ ਹੈ, ਪਾਰਲੀਮੈਂਟ ਦੀ ਗੱਲ ਜਿੱਦਾਂ ਪਿੰਕੀ ਜੀ ਕਰ ਰਹੇ ਸੀਗੇ ਉਸ ਮੁੱਦੇ ਨੂੰ ਲੈ ਕੇ, ਚਾਹੇ ਸੁਸ਼ਮਾ ਸਵਰਾਜ ਦੀ ਗੱਲ ਹੈ, ਚਾਹੇ ਮੱਧ ਪ੍ਰਦੇਸ਼ ਦੇ ਚੀਫ ਮਿਨਿਸਟਰ ਦੀ ਗੱਲ ਹੈ ਅਤੇ ਚਾਹੇ ਰਾਜਸਥਾਨ ਦੇ ਚੀਫ ਮਿਨਿਸਟਰ ਦੀ ਗੱਲ ਹੈ, ਕੀ ਲੱਗਦਾ ਨਹੀਂ ਕਿ ਪੰਜਾਬ ਭਾਜਪਾ ਦੇ ਪ੍ਰਧਾਨ ਨੇ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਹੋਰ ਸ਼ੁਰੂ ਹੋਣ ਤੋਂ ਪਹਿਲਾਂ ਇੱਕ ਇਹੋ ਜਿਹਾ ਮੌਕਾ ਦਿੱਤਾ ਵਿਰੋਧੀ ਧਿਰ ਨੂੰ ਕਿ ਵਿਰੋਧੀ ਧਿਰ ਜਿਹੜਾ ਹੈਗਾ ਬੀਜੇਪੀ ਅਤੇ ਰੂਲਿੰਗ ਗਰੁੱਪ ਦੇ ਉਸੇ ਤਰੀਕੇ ਨਾਲ ਕਿ ਡਟਮਾ ਅਟੈਕ ਕਰ ਸਕੇ? ਦੇਖੋ, ਪਹਿਲੀ ਗੱਲ ਹੈ ਕਿ ਤੁਸੀਂ ਕਹਿ ਰਹੇ ਹੋ ਕਿ ਵੀ ਪਾਰਲੀਮੈਂਟ 'ਚ ਪ੍ਰੋਬਲਮ ਹੋਈ ਹੋਈ ਹੈ, ਜੀ ਜੀ, ਨੈਸ਼ਨਲ ਲੈਵਲ 'ਤੇ ਪ੍ਰੋਬਲਮ ਹੋਈ, ਇੱਕ ਅਲੱਗ ਇਸ਼ੂ ਹੈ। ਦੇਖੋ, ਗੱਲ ਇਹ ਪ੍ਰੋਬਲਮ ਸਾਡੇ ਕਰਕੇ ਨਹੀਂ ਹੋਈ, ਹੁਣ ਸੁਸ਼ਮਾ ਸਵਰਾਜ ਜੀ, ਠੀਕ ਹੈ, ਸੁਸ਼ਮਾ ਜੀ ਨੇ ਇੱਕ ਮਿੰਟ ਗੱਲ ਕਰਨੀ, ਪੰਜਾਬ ਦੇ ਵਿੱਚ ਵੀ ਇਸ਼ੂ ਆ ਰਿਹਾ ਹੈ। ਦੇਖੋ ਜੀ, ਸੁਸ਼ਮਾ ਸਵਰਾਜ ਨੇ ਕੁਝ ਗੈਰ ਕਾਨੂੰਨੀ ਨਹੀਂ ਕੀਤਾ, ਵਿਆਪਮ ਜਿਹੜਾ ਹੈਗਾ ਉਹ ਕੋਰਟ ਦੀ ਸੁਪਰਵਿਜ਼ਨ ਚੱਲਦਾ ਪਿਆ। ਜਿਹੜਾ ਰਾਜਸਥਾਨ ਦੀ ਸੀਐਮ ਵਸੁੰਧਰਾ ਰਾਜੇ ਸਿੰਧੂ ਦੇ ਐਲੀਗੇਸ਼ਨ ਲੱਗ ਰਹੇ ਨੇ, ਉਹ ਉਹਨਾਂ ਟਾਈਮ ਦੇ ਐਕਸ਼ਨ ਦੀ ਗੱਲ ਕਰਨ, ਯੂਪੀ ਗਵਰਨਮੈਂਟ ਪਾਵਰ ਸੀਗੀ, ਉਹ ਪਾਵਰ 'ਚ ਨਹੀਂ ਸੀ। ਹੁਣ ਜਿੱਥੇ ਇੱਥੋਂ ਸਿੱਖੋ, ਇੱਥੋਂ ਸਮਝੋ। ਮੈਂ ਪੰਜਾਬ ਦੀ ਕਾਂਗਰਸ ਪਾਰਟੀ ਓਪੋਜੀਸ਼ਨ ਨੂੰ ਅਪੀਲ ਕਰਾਂਗਾ ਕਿ ਇਹ ਵਾਲਾ ਸੈਸ਼ਨ ਜਿਹੜਾ ਹੈ ਇਸ਼ੂ ਨਾ ਬਣਾਇਆ ਜਾਏ, ਨਹੀਂ ਇਸ਼ੂ ਬਣਾਓ, ਚਰਚਾ ਕਰੋ, ਪਰ ਉਹਨੂੰ ਖਰਾਬ ਨਾ ਕਰਨਾ। ਜੀ ਜੀ, ਓਕੇ। ਪਿੰਕੀ, ਲੱਗਦਾ ਕਿ ਇਸ ਮੁੱਦੇ ਉੱਤੇ ਲੈ ਕੇ ਜਿਹੜੀ ਕਾਂਗਰਸ ਪਾਰਟੀ ਹੈ ਇਹਨੂੰ ਕੋਈ ਰਾਜਸੀ ਰੋਟੀਆਂ ਸੇਕਣ ਦੀ ਗੱਲ ਹੈ ਅਤੇ ਕੱਲ੍ਹ ਨੂੰ ਵਿਧਾਨ ਸਭਾ 'ਚ ਇਸ਼ੂ ਆਉਂਦਾ ਹੈ, ਤਾਂ ਤੁਸੀਂ ਜਿੱਦਾਂ ਇਹਨਾਂ ਨੇ ਕਿਹਾ ਕਿ ਇਹਨੂੰ ਇਸ਼ੂ ਨਾ ਬਣਾਇਆ ਜਾਵੇ ਇੱਦਾਂ ਦਾ? ਦੇਖੋ, ਗੱਲ ਇਹ ਹੈ ਕਿ ਜਿਹੜੀ ਡਰੱਗਸ ਦੀ ਗੱਲ ਹੈਗੀ ਹੈ ਜੀ, ਇਟਸ ਅ ਵੈਰੀ ਸੀਰੀਅਸ ਇਸ਼ੂ ਓਕੇ ਪੰਜਾਬ ਵਾਸਤੇ। ਜੀ, ਇਹ ਮੈਂ ਪਹਿਲਾਂ ਬਾਰ ਬਾਰ ਕਹਿ ਰਿਹਾ ਹਾਂ ਕਿ ਭਾਵੇਂ ਕੋਈ ਵੀ ਬੰਦਾ ਹੋਵੇ, ਭਾਵੇਂ ਕਾਂਗਰਸ ਦਾ ਹੋਵੇ, ਭਾਵੇਂ ਅਕਾਲੀ ਦਲ ਦਾ ਹੋਵੇ, ਭਾਵੇਂ ਬੀਜੇਪੀ ਦਾ ਹੋਵੇ, ਸੀਪੀਆਈ ਸੀਪੀਐਮ ਦਾ ਹੋਵੇ, ਜਿਹੜਾ ਵੀ ਬੰਦਾ ਇਸ ਦੇ ਵਿੱਚ ਜਿਹਦੀ ਇਨਵੋਲਵਮੈਂਟ ਹੁੰਦੀ ਹੈ ਉਸ ਕੇਸ ਨੂੰ ਬੜਾ ਸੀਰੀਅਸਲੀ ਲੈਣਾ ਚਾਹੀਦਾ ਹੈ। ਜੀ, ਸਾਡੇ ਮੁੱਖ ਮੰਤਰੀ ਜੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ, ਜਿਨ੍ਹਾਂ ਦਾ ਬਹੁਤ ਤਜਰਬਾ ਹੈ, ਜੀ ਜੀ, ਪੰਜਵੀਂ ਵਾਰ ਮੁੱਖ ਮੰਤਰੀ ਬਣੇ, ਮੈਂ ਉਹਨਾਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਮੁੱਖ ਮੰਤਰੀ ਜੀ, ਇਹ ਜਿਹੜਾ ਗੱਲ ਹੈ ਬੀਜੇਪੀ ਦੀ ਗੱਲ ਨਹੀਂ ਹੈ, ਇਹ ਤਾਂ ਇੱਕ ਬੀਜੇਪੀ ਦਾ ਚਿਹਰਾ ਜਿਹੜਾ ਸੀਗਾ ਨੰਗਾ ਹੋਇਆ, ਨਕਾਬ ਉਹਨਾਂ ਦਾ ਚੱਕਿਆ ਗਿਆ ਹੈ। ਜੀ, ਤੁਸੀਂ ਇਸ ਕੇਸ ਨੂੰ ਜਿਹੜਾ ਹੈਗਾ ਸੀਬੀਆਈ ਤੋਂ ਕਰਵਾਓ, ਹਾਈਕੋਰਟ ਦੇ ਜੱਜ ਤੋਂ ਉਹਦੀ ਮੋਨੀਟਰਿੰਗ ਕਰਾਓ। ਜੀ ਜੀ, ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਏਗਾ। ਗੱਲ ਕਮਲ, ਪਰ ਇਹਨਾਂ ਨੇ ਕਹਿਣਾ ਕਿ ਕੱਲ੍ਹ ਨੂੰ ਅਗਰ ਵਿਧਾਨ ਸਭਾ 'ਚ ਇਸ਼ੂ ਹੁੰਦਾ ਤਾਂ ਜਿੱਦਾਂ ਪਾਰਲੀਮੈਂਟ 'ਚ ਉਹਨਾਂ ਨੇ ਸੈਸ਼ਨ ਠੱਪ ਕੀਤਾ, ਇੱਦਾਂ ਦਾ ਮੁੱਦਾ ਜਿਹੜਾ ਹੈਗਾ ਲੋਕਾਂ ਦੇ ਇਸ਼ੂ 'ਤੇ ਲੜਨਾ ਚਾਹੀਦਾ, ਨਾ ਕਿ ਉਹ ਕਹਿੰਦੇ ਇਸ ਇਸ਼ੂ ਨੂੰ ਬਣਾਇਆ ਜਾਏ। ਅਸੀਂ ਦੇਖੋ, ਸਾਡਾ ਕਦੇ ਵੀ ਇਹ ਨਜ਼ਰੀਆ ਨਹੀਂ ਹੁੰਦਾ ਜੀ ਕਿ ਨਾ ਕੋਈ ਚਾਹੁੰਦਾ ਹੈ ਕਿ ਅਸੀਂ ਇਹ ਜਿਹੜਾ ਇਸ਼ੂ ਹੈਗਾ ਕਿ ਕੋਈ ਪਾਰਲੀਮੈਂਟ ਦਾ ਜਿਹੜਾ ਸੈਸ਼ਨ ਠੱਪ ਹੋ ਜਾਏ ਜਾਂ ਵਿਧਾਨ ਸਭਾ ਦਾ ਸੈਸ਼ਨ ਠੱਪ ਹੋ ਜਾਏ। ਜੀ ਜੀ, ਅਸੀਂ ਆਪਦੀ ਗੱਲ ਰੱਖਦੇ ਹਾਂ, ਜਿਹੜਾ ਸੈਸ਼ਨ ਚਲਾਉਣਾ ਹੁੰਦਾ ਉਹ ਸਰਕਾਰ ਨੇ ਚਲਾਉਣਾ ਹੁੰਦਾ, ਜਿਹੜੀ ਪਾਰਟੀ ਇਨ ਪਾਵਰ ਹੁੰਦੀ ਹੈ। ਜੀ, ਇੱਥੇ ਵੀ ਜਿਹੜਾ ਮੁੱਦਾ ਹੈਗਾ ਜ਼ਰੂਰ ਉੱਠੇਗਾ, ਅਸੀਂ ਇਸ ਮੁੱਦੇ ਨੂੰ ਲੋਕਾਂ ਦੇ ਵਿੱਚ ਲੈ ਕੇ ਜਾ ਰਹੇ ਹਾਂ, ਉਹਨਾਂ ਨੂੰ ਦੱਸ ਰਹੇ ਹਾਂ ਜੀ ਕਿ ਜੇ ਵੱਡੀਆਂ ਵੱਡੀਆਂ ਮੱਛੀਆਂ ਨੂੰ ਅਸੀਂ ਹੱਥ ਨੱਥ ਨਹੀਂ ਪਾਵਾਂਗੇ ਤਾਂ ਅਸੀਂ ਕਿਹਨੂੰ ਨੱਥ ਪਾਵਾਂਗੇ? ਜੀ ਜੀ, ਸਾਡੀ ਕੋਈ ਕਮਲ ਸ਼ਰਮਾ ਜੀ ਨਾਲ ਲੜਾਈ ਥੋੜ੍ਹੀ ਹੈ, ਸਾਡਾ ਕੋਈ ਪਰਸਨਲ ਲੜਾਈ ਝਗੜਾ ਥੋੜ੍ਹੀ ਹੈ। ਜੀ ਜੀ, ਅਸੀਂ ਤਾਂ ਇਹ ਕਹਿੰਦੇ ਹਾਂ ਕਿ ਕਮਲ ਸ਼ਰਮਾ ਜੀ, ਤੁਸੀਂ ਬੀਜੇਪੀ ਦਾ ਚਿਹਰਾ ਹੋ, ਤੁਹਾਡੇ ਆਲੇ ਦੁਆਲੇ ਦੇ ਜਿੰਨੇ ਵੀ ਬੰਦੇ ਹੈਗੇ ਹੈ ਉਹ ਕੀ ਕਰ ਰਹੇ ਨੇ? ਓਕੇ, ਜਦੋਂ 2013 ਦੀ ਰਿਪੋਰਟ ਨੇ ਤੁਹਾਨੂੰ ਵਿਧਾਨ ਸਭਾ ਦੇ ਵਿੱਚ ਸੁਨੀਲ ਜਾਖੜ ਜੀ ਨੇ ਚੱਕੀ ਇਹ ਰਿਪੋਰਟ, ਉਹਦੇ ਵਿੱਚ ਬਾਰ ਬਾਰ ਪਤਾ ਲੱਗਿਆ, ਉਸ ਤੋਂ ਬਾਅਦ ਦੋ ਇੰਸੀਡੈਂਟਸ ਹੋਰ ਹੋ ਗਏ ਜੀ, ਇੱਕ ਹੋ ਗਿਆ ਡਰੱਗਸ ਦੇ ਉੱਪਰ, ਉਹਦੇ ਵਿੱਚ ਤੀਸਰਾ ਹੋ ਗਿਆ ਜਿਹੜਾ ਆਰਮਸ ਦੀ ਸਮਗਲਿੰਗ ਦਾ, ਉਹਦੇ ਵਿੱਚ ਕੀ ਹੋ ਰਿਹਾ ਹੈ ਕਿ ਇਹ ਪ੍ਰੈਸ਼ਰ ਦੇ ਨਾਲ ਪੰਜਾਬ ਪੁਲਿਸ ਤੋਂ ਕੰਮ ਕਰਾ ਰਹੇ ਨੇ, ਉਹ ਕੀ ਕੰਮ ਕਰਾ ਰਹੇ ਨੇ? ਜਿਹੜਾ ਪਰਚਾ ਦਰਜ ਹੋਇਆ ਜੀ ਜੀ, ਉਹ ਉਹਨਾਂ ਨੇ ਕੀਤਾ ਹੈ ਕਰਪਸ਼ਨ ਦੇ ਵਿੱਚ। ਮੈਂ ਪੁੱਛਦਾ ਕਿ ਇਹ ਮੁੱਦਾ ਸੀਗਾ ਜਿਹੜਾ, ਇਹ ਮੁੱਦਾ ਸੀਗਾ ਐਨਡੀਪੀਸੀ ਐਕਟ ਦੇ ਵਿੱਚ ਕਰਨਾ ਚਾਹੀਦਾ ਸੀਗਾ, ਇਹ ਕਰਨਾ ਚਾਹੀਦਾ ਸੀ ਆਰਮਸ ਐਕਟ ਦੇ ਵਿੱਚ ਕਰਨਾ ਚਾਹੀਦਾ ਸੀ, ਇਹ 'ਚ ਕਰਨਾ ਚਾਹੀਦਾ 120 ਵਿੱਚ। ਓਕੇ, ਜਿੱਦਾਂ ਤੁਸੀਂ ਐਗਜੈਕਟਲੀ ਤੁਸੀਂ ਪਹਿਲਾਂ ਇਹ ਗੱਲ ਕਹੀ ਹੈ ਕਿ ਜਿਸ ਧਾਰਾ ਦੇ ਅਧੀਨ ਹੋਣਾ ਚਾਹੀਦਾ ਸੀ ਨਹੀਂ ਹੋਇਆ। ਪਿੰਦਰ ਜੀ, ਇੱਥੇ ਇਹ ਵੀ ਇਸ਼ੂ ਹੈ ਕਿ ਜਿੱਦਾਂ ਵਿਨੀਤ ਜੀ ਨੇ ਕਿਹਾ ਕਿ ਵੀ ਇਹਨੂੰ ਪੋਲੀਟੀਕਲ ਤੌਰ 'ਤੇ ਕਈ ਵੀ ਰਾਜਸੀ ਪਾਰਟੀਆਂ ਇਸਤੇਮਾਲ ਕਰਦੀਆਂ, ਤੁਹਾਨੂੰ ਲੱਗਦਾ ਹੈ ਕਿ ਪੋਲੀਟੀਕਲ ਤੌਰ 'ਤੇ ਇਸਤੇਮਾਲ ਕੀਤਾ ਜਾ ਰਿਹਾ ਕਿ ਵਾਕਈ ਪੰਜਾਬ ਦਾ ਕੋਈ ਇਸ਼ੂ ਹੈ ਜਿਹੜਾ ਵਿਧਾਨ ਸਭਾ 'ਚ ਕੱਲ੍ਹ ਨੂੰ ਆਉਂਦਾ? ਤੁਸੀਂ ਵੀ ਸੀਨੀਅਰ ਜਰਨਲਿਸਟ ਹੋ, ਵਿਧਾਨ ਸਭਾ ਲੰਬੇ ਸਮੇਂ ਤੋਂ ਕਵਰ ਕਰਦੇ ਆ ਰਹੇ ਹੋ, ਇਹੋ ਜਿਹੇ ਮੁੱਦੇ ਵਿਧਾਨ ਸਭਾ 'ਚ ਆਉਣਗੇ ਕਿ ਨਹੀਂ ਆਉਣਗੇ? ਨਹੀਂ, ਮੁੱਦਾ ਤਾਂ ਆਊਗਾ, ਜਿਵੇਂ ਪਿੰਕੀ ਜੀ ਕਹਿ ਰਹੇ ਨੇ ਗੱਲ, ਬਈ ਇਹਦੀ ਇਨਵੈਸਟੀਗੇਸ਼ਨ ਹੋਣੀ, ਇਨਵੈਸਟੀਗੇਸ਼ਨ ਜਿਹੜੇ ਪੰਜਾਬ ਦੇ ਡਰੱਗਸ ਕੇਸ ਦੀ ਆਲਰੇਡੀ ਮਲਟੀ ਏਜੰਸੀ ਵੱਲੋਂ ਹੋ ਰਹੀ ਆ, ਜੀ, ਐਨਫੋਰਸਮੈਂਟ ਡਾਇਰੈਕਟੋਰੇਟ,
फिर जी इनफॉर्मेशन ब्यूरो और मैं भुल गया दो एजेंसीज होर ने ऑलरेडी एक केस उन्होंने जी है इनवैसिगेशन अधीन है इनू ओ एड किया जा सकता है तो इनवैसिगेशन का सरकार की गंभीरता है बिल्कुल जी गल पोलिटिकल गल की है मैं उस लैके जाना चाहना गल यह है भी यह केस कदों उठते हैं ये केस उदों उठे कि जदों अकाली दल और बीजेपी के अपने जिहड़े जिहड़े इन्हां दे रिश्ते आ उन्हां च खटास पैदा शुरू होनी शुरू हो गई। अकाली दल इस गल दे डिफेंसिव ते सी कि उन्हां दे मंत्री उन्हां दे लीडर जिहड़े हैगे आ उह इह जे संगीन जुर्मां दे विच उन्हां दा नाम एग्जैक्टली पंदेर जी मैं रोक के तुहानूं चेते करवाउणा चाहुंदा हां कि जदों आनंदपुर साहिब दा एडा वड्डा समागम सी खास तौर ते जिहड़े मुल्क दे गृह मंत्री आए उन्होंने यह गल कही कि मैं पंजाब के नौजवानों को इस गल का सद्दा दिना कि नशे के खिलाफ प्राण लैन तां उस पार्टी का भाजपा प्रधान जिहड़ा है इस मुद्दे से कटहरे च खड़ा हो गया ते नहीं ओ इसे तरह ओ जिहड़ी हैगी है सरकार जिहड़ी हैगी कल की सिर्फ कमल शर्मा या उन्हां दा स्टाफ ही इनवॉल्वड है जी के या होर भी लोकी इनवॉल्व ने किथे तक इनवॉल्वमेंट इन्वेस्टिगेशन नाल स्पष्ट होएगा की है होना चाहिए किथे तक इनवॉल्वमेंट कौन कौन लोगों की हैगी है। दूसरी गल यह है कि जी जो सैकेंड जी बहुत इंपॉर्टेंट जो मैं माइलस्टोन ने देखता कि यह जी गल सारी जी ड्रग्स की जिदे जे पॉलिटिशियंस की इनवॉल्वमेंट आनी शुरू हुई वह अरुण जेतली उन्होंने अमृतसर की हार तो बाद शुरू हुई ओके और अरुण जेतली कौन लैके आए उत्थे कमल शर्मा जी भी सीगे ते बिक्रम मजीठिया भी सीगे दोनों जड़े जड़े लोग ने उन्होंने जड़े आस पास के लोग ने सारे ड्रग्स के इनवॉल्व होए नज़र आए। बिक्रम मजीठिया के जिहड़े हैगे साथी वो अरैसट हो गए ये जिहड़े हैगे कमल शर्मा जी के जिहड़े नाल दे ने ओहो उन्हां दे नां आने शुरू हो गए और ये सारी दी सारा जिहड़ा जिहड़ा हैगा सिलसिला यह अरुण जेतली उन्हां दी हार तो बाद शुरू हो गया। ये की जिहड़ा हैगा की सिर्फ यह एक लैवल की या कोई जिहड़ी हैगी पोलिटिकल मडस्लिंगिंग हो रही है या पोलिटिकल वेंडेटा हो रहा जी ये उहदा भी है कि जिहड़ी कई बार पॉलिटिशन जिहड़े हैगे पंजाब दे जिहड़े उप सीएम ने डिप्टी सीएम ने और गृह मंत्री ने वो सानू प्रेस वाले नू कहिंदे आ भी जदों तुसीं ड्रग्स की गल करदे तुसीं पंजाब नू ज़्यादा बदनाम करन लगे होए हो तो मैं वो जिहड़ी हैगी एक लैवल दे उत्ते सरकार एक इंडीकेशन दिंदी है दूसरे पासे इह जी इंडीकेशन आउंदी आ और बड़ी कन्फ्यूजिंग इंडीकेशन है और जिहड़ा रिएक्शन जिहड़ा हैगा लोकां दे विच जिहड़ा हैगा एक सहम दा जिहड़ा माहौल है कि जिहड़ा इह जे एलीमेंट ने साडे लीडर्स दे नाल जाके जुड़ चुके ने ओह किधर नूं लोकी किधर नूं देखण उहनां दे विच ओके ओके विनीत जोशी जिहड़ी जदों इह इशू हुंदा कि की इह पोलिटिकल तौर ते एक दूजे दे खिलाफ बदले दी भावना नाल तां नहीं कि क्योंकि पहलां जिहड़ा अकाली दल कॉर्नर हो रहे थे इस इशू ते बीजेपी स्टेटमेंट्स आ रही सी गल की जा रही थी क्योंकि हुण बीजेपी दा प्रधान इनवॉल्व हो गया कितने लगता कि पोलिटिकल तौर पर भी ये सारा कुछ उसके पीछे देखा जा रहा है। मैनू नहीं लगता इससे कोई बहुत पोलिटिकल रीजन है जी जी और ये तो साड़ी सरकार का ट्रांसपेरेंट वे ऑफ वर्किंग है कि अलायंस गवर्नमेंट च पार्टी प्रेजिडेंट होए जी और वो पार्टी प्रेजिडेंट जड़ा है उदे आस पास के बंदे इनवॉल्व होन ते शक भी होए इनवॉल्व होन दा ते उन्हां दे उपर एफ आई दर्ज हो जाए ये तो साड़ा ट्रांसपेरेंट वे ऑफ वर्किंग है। और दूसरा मैं पिंकी जी की गल ना बिल्कुल एग्री करदा कि जड़ा ये नशा है साडे वास्ते बहुत वड्डा चैलेंज है और चैलेंज कल्ला पंजाब वास्ते नहीं है ये साडे देश वास्ते और साडे पूरे वर्ल्ड वास्ते है जी जी। पर मैं एक गल होर भी याद करना चाहूँगा इस चैलेंज नू 2003 मई दे महीने च सीएम कैप्टन अमरिंदर ने भी रिलाइज किया सी 2003 मई च उन्होंने सीआईए दे अंदर एक एसएसपी दी जिहड़ी मीटिंग लै रहे सीगे उस मीटिंग च उन्होंने हत्थ खड़े करवाए भी इत्थे जिहड़े हाजिर अफसर ने एसएसपी हत्थ खड़ा करन भी किहदे इलाके च नशा नहीं बिकदा एक एसएसपी ने भी हत्थ नहीं खड़ा किया इहदा मतलब तद भी अफसर ने मन्निया कि साडे इलाके नशा बिकदा है ते कैप्टन साहब कांग्रेस सीएम साहब नूं इह पता सीगा। सो मैं इह गल कहना चाहना कि असी इस गल के पक्ष तरह खास करके भारतीय जनता पार्टी के अंदर अविनाश राय खन्ना जिहड़े एमपी ने नैशनल वाइस प्रेजिडेंट ने केंद्रीय मंत्री विजय सांपला जी ने अश्विनी शर्मा एमएलए ने मनोरंजन काली असी इस गल के पक्ष तरह कि नशा जड़ा है एक बहुत वड्डा मुद्दा है प्रॉब्लम है जिहदा सानूं सोल्यूशन लभना है और उहदे लई सरकार समाज पिवार तिन्नां नूं मिल के लगना पैणा है और उस च किसी के उपर एलीगेशन ना लगाओ अक्यूज ना करो। जोशी जी मैं दोबारा आना तुहाडे कोल इस मुद्दे ते हुण वक्त है कि छोटे जिहे ब्रेक दा ਅਸੀਂ ਇਸ ਨਾਜ਼ੁਕ ਮਾਮਲੇ 'ਤੇ ਬ੍ਰੇਕ ਤੋਂ ਬਾਅਦ ਆਪਣੇ ਮਹਿਮਾਨਾਂ ਨਾਲ ਕੁਝ ਅਹਿਮ ਸਵਾਲਾਂ ਨੂੰ ਲੈ ਕੇ ਮੁੜ ਹਾਜ਼ਰ ਹੁੰਦੇ ਹਾਂ।
ਪੰਜਾਬ ਟੀਵੀ ਦੇ ਦਰਸ਼ਕਾਂ ਦਾ ਮੁੜ ਇੱਕ ਵਾਰ ਸਵਾਗਤ ਹੈ। ਆਪਾਂ ਬ੍ਰੇਕ ਤੋਂ ਪਹਿਲਾਂ ਨਸ਼ਿਆਂ ਦੇ ਵੱਖ ਵੱਖ ਪਹਿਲੂਆਂ ਨੂੰ ਲੈ ਕੇ ਚਰਚਾ ਕਰ ਰਹੇ ਸੀ। ਪਿੰਕੀ ਜੀ, ਬ੍ਰੇਕ ਤੋਂ ਪਹਿਲਾਂ ਤੁਸੀਂ ਕੈਪਟਨ ਅਮਰਿੰਦਰ ਦੇ ਮੁੱਦੇ 'ਤੇ ਕੋਈ ਗੱਲ ਕਹਿਣਾ ਚਾਹੁੰਦੇ ਸੀ। ਜੋਸ਼ੀ ਜੀ ਨੇ ਕਿਹਾ ਕਿ ਇਹ ਜਿਹੜਾ ਨਸ਼ਾ ਹੈਗਾ, 2003 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਜੀ ਨੇ ਇੱਕ ਮੀਟਿੰਗ ਬੁਲਾਈ ਸੀਗੀ ਜੀ। ਦੇਖੋ, ਮੁੱਖ ਮੰਤਰੀ ਦਾ ਕੰਮ ਹੁੰਦਾ ਹੈ ਕਿ ਮੀਟਿੰਗ ਬੁਲਾਉਣਾ, ਲੋਕਾਂ ਨੂੰ ਪੁੱਛਣਾ। ਅਗਰ ਉਹਨਾਂ ਨੂੰ ਪੁੱਛਦੇ ਆ ਤਾਂ ਹੀ ਪਤਾ ਲੱਗਦਾ ਹੈ ਕਿ ਪੰਜਾਬ ਪ੍ਰਾਂਤ ਦੇ ਹਾਲਾਤ ਕੀ ਨੇ ਜੀ। ਮੈਂ ਪੁੱਛਣਾ ਚਾਹੁੰਦਾ ਹੈ ਕਿ ਕਦੇ ਮੁੱਖ ਮੰਤਰੀ ਜੀ ਜਿਹੜੇ ਹੁਣ ਨੇ, ਉਹਨਾਂ ਨੇ ਕਦੇ ਪੁੱਛਿਆ ਵੀ ਨਸ਼ੇ ਕਿੱਥੇ, ਇਹਦੀ ਕੋਈ ਮੀਟਿੰਗ ਬੁਲਾਈ ਜਾਂ ਕੁਛ ਕਿਹਾ? ਅਸੀਂ ਇੱਕ ਦੂਜੇ 'ਤੇ ਐਲੀਗੇਸ਼ਨ ਲਗਾ ਰਹੇ ਹਾਂ ਕਿ ਇਹਨਾਂ ਦੇ ਸਮੇਂ ਨਸ਼ਿਆਂ ਦੇ ਖਿਲਾਫ ਸਾਡੀ ਸਰਕਾਰ ਜੰਗ ਲੜ ਰਹੀ ਹੈ ਜੀ। ਮੈਂ ਗੱਲ ਕਹਿਣਾ ਚਾਹੂੰਗਾ ਪਿੰਕੀ ਜੀ, ਕਿ ਤੁਸੀਂ 2007 ਤੋਂ ਬਾਅਦ ਨਸ਼ਿਆਂ ਦੇ ਵਧਣ ਦੀ ਗੱਲ ਕੀਤੀ ਹੈ। ਡਰੱਗ ਸੀਜ਼ਰ ਦੇ ਰਿਕਾਰਡ ਦੱਸਦੇ ਨੇ ਕਿ 2003 ਔਰ 2007, 2007 2012, 2012 ਤੋਂ ਹੁਣ ਤੱਕ ਐਗਜ਼ੈਂਪਲਰੀ ਇਨਕਰੀਜ਼ ਹੋਇਆ ਸੀਜ਼ਰ 'ਚ। ਇਹਦਾ ਮਤਲਬ ਸਰਕਾਰ ਸੀਰੀਅਸ ਹੈ, ਸਰਕਾਰ ਜ਼ਬਤ ਕਰ ਰਹੀ ਹੈ, ਸਭ ਕੁਝ ਕਰ ਰਹੀ ਹੈ। ਪਰ ਮੈਂ ਇੱਕ ਗੱਲ ਕਹਿਣਾ ਚਾਹੂੰਗਾ, ਔਰ ਇਹ ਗੱਲ ਮੈਂ ਪਿੱਛੇ ਤੁਹਾਡੇ ਪ੍ਰੋਗਰਾਮ ਬਾਰ ਬਾਰ ਵੀ ਕਹੀ ਹੈ। ਮੈਨੂੰ ਟੋਕੋ ਨਾ, ਤੁਸੀਂ ਬਾਰੋਂ ਟੋਕੀ ਜਾਂਦਾ। ਮੈਂ ਬਾਰ ਬਾਰ ਕਹੀ ਹੈ, ਪਿਛਲੇ ਤੁਹਾਡੇ ਪ੍ਰੋਗਰਾਮਾਂ 'ਚ ਕਹੀ ਹੈ ਕਿ ਨਸ਼ੇ ਦੇ ਉੱਪਰ ਸਿਆਸਤ ਨਹੀਂ ਕਰਨੀ ਚਾਹੀਦੀ। ਨਸ਼ਾ ਇਸ ਦੇਸ਼ ਵਾਸਤੇ ਇੱਕ ਬਹੁਤ ਵੱਡਾ ਚੈਲੰਜ ਹੈ, ਪੰਜਾਬ ਵਾਸਤੇ ਵੀ ਚੈਲੰਜ ਹੈ, ਦੇਸ਼ ਵਾਸਤੇ ਵੀ ਚੈਲੰਜ ਹੈ। ਔਰ 1987 'ਚ ਦੇ ਵਿੱਚ ਯੂਨਾਈਟਿਡ ਨੇਸ਼ਨਸ ਨੇ ਇੰਟਰਨੈਸ਼ਨਲ ਡਰੱਗ ਇੰਟਰਨੈਸ਼ਨਲ ਇਲਿਸਿਟ ਟ੍ਰੈਫਿਕਿੰਗ ਐਂਡ ਕੁਛ ਇਹੋ ਜਿਹਾ ਇੰਟਰਨੈਸ਼ਨਲ ਐਂਟੀ ਡਰੱਗ ਡੇ ਉਹਨਾਂ ਨੇ ਫਿਕਸ ਕੀਤਾ ਸੀ 87 'ਚ। 1987 'ਚ ਯੂਨਾਈਟਿਡ ਨੇਸ਼ਨਸ ਨੇ ਇਸ ਗੱਲ ਨੂੰ ਪਹਿਚਾਣ ਲਿਆ ਸੀ ਕਿ ਨਸ਼ਾ ਜਿਹੜਾ ਹੈ ਪੂਰੇ ਵਰਲਡ ਵਾਸਤੇ ਇੱਕ ਚੈਲੰਜ ਹੈ। ਉਸ ਵਰਲਡ ਦਾ ਪਾਰਟ ਇੰਡੀਆ, ਇੰਡੀਆ ਦਾ ਪਾਰਟ ਜਿਹੜਾ ਹੈਗਾ ਉਹ ਇਹ ਹੈਗਾ। ਅੱਜ ਕਰਨਾਟਕਾ ਦੀ ਇੱਕ ਖਬਰ ਛਪੀ ਹੈ, ਕਰਨਾਟਕਾ ਕੀ ਤਾਮਿਲਨਾਡੂ ਕਿਸੇ ਇੱਕ ਸਟੇਟ ਦੀ ਛਪੀ ਹੈ। ਉਹਨਾਂ ਨੇ ਉੱਥੇ ਦੇ ਜਿਹੜੇ ਡਾਇਰੈਕਟਰ ਜਨਰਲ ਨੇ, ਉਹਨਾਂ ਨੇ ਐਜੂਕੇਸ਼ਨ ਡਿਪਾਰਟਮੈਂਟ ਨੂੰ ਰਿਕੁਐਸਟ ਕੀਤੀ ਕਿ CBSE ਨਾਲ ਇਸ਼ੂ ਟੇਕਅਪ ਕਰਨ ਔਰ 8th ਕਲਾਸ ਤੋਂ ਉੱਪਰ ਡਰੱਗ ਅਬਿਊਜ਼ ਦੇ ਉੱਪਰ ਇੱਕ ਚੈਪਟਰ ਹੋਣਾ ਚਾਹੀਦਾ। ਤੇ ਇਹਦਾ ਮਤਲਬ ਇਹ ਹੈ ਕਿ ਉਹਨਾਂ ਸੂਬਿਆਂ 'ਚ ਵੀ ਨਸ਼ਾ ਇੱਕ ਚੈਲੰਜ ਹੈ। ਗੱਲ ਇਹ ਹੈ ਕਿ ਨਸ਼ਾ ਚੈਲੰਜ ਹੈ, ਪੂਰੇ ਸਮਾਜ ਵਾਸਤੇ ਚੈਲੰਜ ਹੈ, ਔਰ ਇਹਦੇ ਉੱਪਰ ਅਸੀਂ ਰਾਜਨੀਤੀ ਨਾ ਕਰੀਏ, ਪੋਜ਼ਿਟਿਵਲੀ ਕਰੀਏ। ਤੁਸੀਂ ਗੱਲ ਕਰੀਏ, ਗੱਲ ਕਰ ਪੋਜ਼ਿਟਿਵਲੀ ਕੀ ਕਰੀਏ? ਓਕੇ ਅੱਛੀ ਗੱਲ ਕੀਤੀ ਹੈ ਤੁਸੀਂ, ਰਾਜਨੀਤੀ ਬਿਲਕੁਲ ਨਹੀਂ, ਤੁਸੀਂ ਲਾਈ ਜਾਓਗੇ ਕਮਾਲ। ਨਹੀਂ ਨਹੀਂ, ਮੈਂ ਤੁਹਾਡੇ ਵੱਲ ਹੀ ਆ ਰਿਹਾ ਵਨੀ ਜੀ, ਤੁਹਾਡੇ ਵੱਲ ਹੀ ਆ ਰਿਹਾ। ਐਸੀ ਗੱਲ ਨਹੀਂ, ਤੁਸੀਂ ਆਪਣੀ ਗੱਲ ਕਿਹੋ ਜਿਹੜਾ ਹੈਗਾ। ਵਨੀ ਜੀ, ਮੈਂ ਤੁਹਾਡੇ ਇਸ਼ੂ ਦੇ ਉੱਤੇ ਹੀ ਗੱਲ ਕਰ ਰਿਹਾ। ਜਦੋਂ ਆਪਾਂ ਗੱਲ ਕਰਦੇ ਹਾਂ ਕਿ ਵੀ ਠੀਕ ਹੈ ਕਿ ਨੈਸ਼ਨਲ ਇਸ਼ੂ ਹੈਗਾ, ਤਾਂ ਇਹ ਵੀ ਇੱਕ ਗੱਲ ਬਣਦੀ ਹੈ ਕਿ ਪੰਜਾਬ ਹੈ ਚਾਹੇ ਜਿਹੜਾ ਕੇਂਦਰ ਸਰਕਾਰ ਹੈ, ਜਦੋਂ ਇਸ ਵੇਲੇ ਪੰਜਾਬ 'ਚ ਵੀ ਅਕਾਲੀ ਦਲ BJP ਕੇਂਦਰ 'ਚ ਵੀ ਇੱਕ ਠੋਸ ਨੀਤੀ ਜਿਹੜੀ ਹੈਗੀ ਕੋਈ ਬਣਾਉਣੀ ਜਾਣੀ ਚਾਹੀਦੀ ਹੈ। ਉਹ ਠੋਸ ਨੀਤੀ ਬਣਾਉਣ ਤੋਂ ਪਹਿਲਾਂ ਜਿਹੜੀ ਤੁਸੀਂ ਫਿਗਰਸ ਦੀ ਗੱਲ ਕਰਦੇ ਹੋ, ਮੈਂ ਦਰਸ਼ਕਾਂ ਦੇ ਰਾਹੀਂ ਤੁਹਾਡੇ ਧਿਆਨ 'ਚ ਇਹ ਗੱਲ ਜਿਹੜੀ ਲਿਆਉਣਾ ਚਾਹੁੰਦਾ। ਨਹੀਂ 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 ਵਨੀ ਜੋਸ਼ੀ ਜੀ, ਸੁਣਿਓ ਤੁਸੀਂ ਜਿਹੜਾ ਕਿ ਠੋਸ ਨੀਤੀ ਪੰਜਾਬ ਦੇ 'ਚ ਕਿੱਦਾਂ ਬਣ ਰਹੀ ਹੈ। ਪੰਜਾਬ 'ਚ ਜਿਹੜਾ 2015-16 ਲਈ ਕੁੱਲ ਜਿਹੜੇ ਠੇਕੇ ਸੀਗੇ ਉਹ 9897 ਠੇਕਿਆਂ ਲਈ ਲਾਇਸੈਂਸ ਜਾਰੀ ਕੀਤੇ ਗਏ। ਇਸ ਤੋਂ ਇਲਾਵਾ ਹੋਟਲਾਂ ਲਈ ਅਤੇ ਪੱਬਾਂ ਲਈ ਜਿਹੜੇ ਲਾਇਸੈਂਸ ਹੈ ਉਹ ਅਲੱਗ ਜਾਰੀ ਕੀਤੇ ਗਏ। ਸ਼ਰਾਬ ਦੀ ਡਿਗਰੀ ਮੈਂ ਇਸੇ ਸਾਲ ਦੀ ਗੱਲ ਕਰ ਰਿਹਾ, ਪਹਿਲਾਂ ਸੀ 50-65, ਉਹ ਵਧਾ ਕੇ 75% ਕਰ ਦਿੱਤੀ ਹੈ, ਇਨਕਰੀਜ਼ ਕਰ ਦਿੱਤੀ ਗਈ ਹੈ ਜਿਹੜੀ ਹੈਗੀ ਹੈ। ਅਤੇ ਪੋਆ ਦੀ ਜਿਹੜੀ ਮਾਤਰਾ ਸੀ ਉਹ 180 ਤੋਂ ਵਧਾ ਕੇ 200 ਮਿਲੀਲੀਟਰ ਜਿਹੜੀ ਹੋ ਗਈ ਹੈ। ਅਤੇ ਸੂਬੇ ਦੇ 1.11 ਕਰੋੜ ਜਿਹੜੇ ਬਾਲਗ ਹੈ ਉਹਨਾਂ ਲਈ ਬੋਤਲਾਂ, ਮੈਂ ਦਰਸ਼ਕਾਂ ਲਈ ਦੱਸਣਾ ਚਾਹੁੰਦਾ ਕਿ ਕਿੰਨੀਆਂ ਬੋਤਲਾਂ ਅਸੀਂ ਤਿਆਰ ਕੀਤੀਆਂ। 93 ਕਰੋੜ ਬੋਤਲਾਂ ਦਾ ਟੀਚਾ ਮਿਥਿਆ ਗਿਆ ਕਿ ਉਹਨਾਂ ਲੋਕਾਂ ਨੂੰ ਬੋਤਲਾਂ ਜਿਹੜੀਆਂ ਪਿਆਉਣੀਆਂ। ਜੇ ਆਪਾਂ ਗੱਲ ਕਰਦੇ ਹਾਂ ਹੈਲਥ ਜਾਂ ਦੂਜੇ ਮੁੱਦਿਆਂ ਦੀ, ਪੰਜਾਬ 'ਚ ਜਿਹੜੇ ਸਿਹਤ ਕੇਂਦਰ ਹੈ ਉਹ ਤਕਰੀਬਨ 3000 ਠੇਕੇ ਆ, ਪੰਜਾਬ 'ਚ 10000। ਮੈਂ ਵਨੀਤ ਜੋਸ਼ੀ ਜੀ ਇਸ ਮੁੱਦੇ 'ਤੇ ਗੱਲ ਕਰਨਾ ਚਾਹੁੰਦਾ ਕਿ ਜਦੋਂ ਅਸੀਂ ਇਸ ਵੱਲ ਗੰਭੀਰ ਹੈ, ਅਸੀਂ ਕਹਿੰਦੇ ਹਾਂ ਕਿ ਵੀ ਚਾਹੇ ਕੇਂਦਰ ਦੀ ਗੱਲ ਹੈ, ਸਾਡੀ ਗੱਲ ਹੈ, ਬਹੁਤ ਇੱਕ ਅਲਾਮਤ ਹੈ, ਕੋਈ ਤੋਰ ਰਮਾ ਨਹੀਂ। ਪਰ ਜਿਹੜੀਆਂ ਇਹ ਫਿਗਰਸ ਹੈ ਇਹ ਮੂੰਹ ਚੜਾਉਂਦੀਆਂ ਕਿ ਕੋਈ ਨਾ ਕੋਈ ਠੋਸ ਪੋਲਿਸੀ ਬਣਨੀ ਚਾਹੀਦੀ ਹੈ, ਪਰ ਧਰਾਤਲ ਉਸਦੇ ਖਿਲਾਫ ਹੈ। ਦੇਖੋ, BJP RSS ਅਸੀਂ ਤਾਂ ਹਮੇਸ਼ਾ ਇਸ ਗੱਲ ਦੇ ਪੱਖਧਰ ਰਹੇ ਹਾਂ ਕਿ ਜਿਹੜਾ ਸ਼ਰਾਬ ਵੀ ਹੈ ਇਹ ਵੀ ਇੱਕ ਨਸ਼ਾ ਹੈ ਜੀ ਜੀ, ਠੀਕ ਹੈ ਜੀ, ਔਰ ਇਹਦੇ ਉੱਪਰ ਇੱਕ ਕੰਸੈਂਸਸ ਬਣਨਾ ਚਾਹੀਦਾ ਹੈ ਜੀ। ਅਸੀਂ ਪੈਨਲ 4 ਲੋਕ ਬੈਠੇ ਹਾਂ, ਮੈਂ ਤਾਂ ਨਹੀਂ ਸ਼ਰਾਬ ਪੀਂਦਾ ਜੀ, ਮੈਂ ਤਾਂ ਟੀ ਟੋਟਰ ਹਾਂ, ਬਾਕੀ ਆਪਣੀ ਗੱਲ ਦੱਸ ਦੇਣਾ। ਸਾਨੂੰ ਚੰਗੀ ਗੱਲ ਹੈ, ਗੱਲ ਸੁਣ ਲਓ। ਸੋ ਸ਼ਰਾਬ ਦੇ ਉੱਪਰ ਇੱਕ ਵਾਰ ਕੰਸੈਂਸਸ ਬਣਾਈਏ ਕਿ ਸਾਡੇ ਨਸ਼ਾ ਔਰ ਚੈਲੰਜ ਹੈ ਕਿ ਨਹੀਂ ਹੈ ਜੀ ਜੀ। ਪਰ ਜਿਹੜਾ ਰੀਅਲ ਚੈਲੰਜ ਸਾਡੇ ਵਾਸਤੇ ਇਸ ਵਿੱਚ ਬਣਿਆ ਹੋਇਆ ਹੈ, ਉਹ ਬਣਿਆ ਹੋਇਆ ਸਿੰਥੈਟਿਕ ਡਰੱਗਸ ਦਾ, ਐਗਜੈਕਟਲੀ, ਠੀਕ ਹੈ। ਸਿੰਥੈਟਿਕ ਡਰੱਗਸ ਲੈਣ ਵਾਲਾ ਬੰਦਾ ਜਿਹੜੀ ਉਹ ਜਿਸ ਦਿਨ ਉਹ ਲੈਣਾ ਸ਼ੁਰੂ ਕਰਦਾ ਹੈ, ਔਰ ਅਗਰ ਲੈਂਦਾ ਰਹਿੰਦਾ ਉਹਦੀ ਉਮਰ 5-6 ਸਾਲ ਨਹੀਂ ਰਹਿੰਦੀ ਜੀ, 5-6 ਸਾਲ ਅੰਦਰ ਉਹ ਰੱਬ ਨੂੰ ਪਿਆਰਾ ਹੋ ਜਾਂਦਾ ਹੈ। ਇਸ ਕਰਕੇ ਸਾਡੇ ਵਾਸਤੇ ਬਹੁਤ ਵੱਡਾ ਚੈਲੰਜ ਜਿਹੜਾ ਸਿੰਥੈਟਿਕ ਡਰੱਗ ਦਾ ਹੈ। ਤੁਸੀਂ ਕਹਿੰਦੇ ਸ਼ਰਾਬ ਵੱਲ, ਜੇ ਕਹੋਗੇ ਸ਼ਰਾਬ ਵੱਲ, ਮੈਂ ਫਿਰ ਕਈ ਸਾਰੇ ਪ੍ਰਸ਼ਨ ਗੱਲਾਂ ਚੱਕਣੀ ਸ਼ੁਰੂ ਕਰ ਦਾਂਗਾ। ਮੇਰੇ US Canada 'ਚ ਵੀ ਮੇਰੇ ਉੱਥੇ ਬੈਠੇ ਨੇ ਭਰਾ ਬੈਠੇ ਨੇ, ਠੀਕ ਹੈ, ਇਹਦੇ ਲੋਕ ਨੇ ਜਿਹੜਾ ਕਿ ਸ਼ਰਾਬ ਲਿਕਰ ਨਹੀਂ ਲੈਂਦੇ, ਠੀਕ ਹੈ ਨਾ। ਸੋ ਇਹ ਸ਼ਰਾਬ ਨਸ਼ਾ ਹੈ ਕਿ ਨਹੀਂ ਹੈ ਇੱਕ ਡਿਸਪਿਊਟੇਬਲ ਚੀਜ਼ ਹੈ, ਇਹਦੇ ਉੱਪਰ ਬਹਿਸ ਨਾ ਕਰਕੇ। ਪਰ ਜਿਹੜਾ ਇਮੀਡੀਏਟ ਚੈਲੰਜ
ਹੈ ਸਿੰਥੈਟਿਕ ਡਰੱਗਸ, ਅਸੀਂ ਉਹਦੇ ਉੱਪਰ ਕੰਸਲਟੇਟ ਓਕੇ ਵਨੀਜੇ ਸੀ ਆਪਣੇ ਦਰਸ਼ਕਾਂ ਲਈ ਇਹ ਵੀ ਜਾਣਨਾ ਚਾਹਾਂਗੇ ਤੁਹਾਡੇ ਕੋਲ, ਮੈਂ ਆਉਣਾ ਭਾਜੀ ਤੁਹਾਡੇ ਵੱਲ, ਉਹ ਇਹ ਹੈ ਕਿ ਜਦੋਂ ਕੇਂਦਰ 'ਚ ਵੀ ਆਪਣੀ ਸਰਕਾਰ ਹੈ, ਪੰਜਾਬ 'ਚ ਵੀ ਆਪਣੀ ਸਰਕਾਰ ਹੈ, ਉਹਦੇ ਬਾਰੇ ਕੋਈ ਠੋਸ ਨੀਤੀ ਅਪਣਾਈ ਜਾਣੀ ਚਾਹੀਦੀ ਹੈ। ਸਾਡੀ ਸਰਕਾਰ ਹੈ, ਸਾਰਿਆਂ ਨੂੰ ਪਤਾ ਹੈ। ਓਕੇ ਓਕੇ ਓਕੇ, ਲਓ ਜੀ ਤੁਸੀਂ ਪਿੰਕੀ ਜੀ ਇਸ ਮੁੱਦੇ 'ਤੇ ਕੁਛ ਕਹਿਣਾ ਚਾਹੁੰਦੇ ਹੋ? ਮੈਂ ਕਹਿਣਾ ਚਾਹੁੰਦਾ ਜੀ ਕਿ ਪੰਜਾਬ ਸਰਕਾਰ ਨੂੰ ਮੈਂ ਪੁੱਛਣਾ ਚਾਹੁੰਦਾ ਤੁਹਾਡੇ ਰਾਹੀਂ ਜੀ ਕਿ ਪੰਜਾਬ ਸਰਕਾਰ ਨੇ ਤੇ ਕੀ ਠੋਸ ਕਦਮ ਲਏ ਕਿ ਪੰਜਾਬ ਦੇ ਵਿੱਚ ਕਿੰਨੇ ਸਪੋਰਟਸ ਸਕੂਲ ਖੋਲ੍ਹੇ, ਕਿੰਨੇ ਸਪੋਰਟਸ ਕਾਲਜ ਖੁੱਲ੍ਹੇ, ਕੀ ਇਹਨਾਂ ਨੇ ਜਿਹੜੀ ਅਨਇੰਪਲੋਇਮੈਂਟ ਵੱਧਦੀ ਜਾ ਰਹੀ ਹੈ ਇੱਥੇ, ਅੱਜ ਸਾਡੇ ਬੱਚੇ ਜਿਹੜੇ ਹੈਗੇ ਹੈ ਨੌਕਰੀਆਂ ਨਾ ਮਿਲਣ ਦੇ ਕਾਰਨ ਅਨਇੰਪਲੋਇਡ ਫਿਰਦੇ ਨੇ, ਜਿਹੜੇ ਬੀ ਟੈਕ ਐਮ ਟੈਕ ਜਿਹੜੇ ਚਾਹੁੰਦੇ ਨੇ ਕਿ ਸਾਨੂੰ ਨੌਕਰੀ ਮਿਲ ਜਾਵੇ, ਉਹਨੂੰ 4,000 ਰੁਪਏ ਦੀ ਨੌਕਰੀ ਨਹੀਂ ਮਿਲਦੀ। ਸਰਕਾਰ ਨੇ ਉਹਦੇ ਵਾਸਤੇ ਕੀ ਕੀਤਾ? ਜਿਹੜੀ ਨਸ਼ਿਆਂ ਦੀ ਗੱਲ ਇਹ ਕਹਿ ਰਹੇ ਨੇ ਜੋਸ਼ੀ ਜੀ, ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ ਕਿ ਨਸ਼ੇ ਜਿਹੜੇ ਨੇ, ਮੈਂ ਬਾਹਰ ਜੋਸ਼ੀ ਜੀ ਨੇ ਇਮਾਨਦਾਰੀ ਨਾਲ ਇਹ ਗੱਲ ਨੂੰ ਤਾਂ ਐਡਮਿਟ ਕੀਤਾ ਕਿ ਜਿਹੜੀ ਅਲਾਮਤ ਹੈ, ਅਲਾਮਤ ਹੈ, ਇਹਦੇ ਬਾਰੇ ਕੋਈ ਵੀ ਸਹਿਮਤ ਨਹੀਂ ਹੋ ਸਕਦਾ। ਬਿਲਕੁਲ, ਮੈਂ ਬਾਰ ਬਾਰ ਇਹਨਾਂ ਨੂੰ ਕਹਿੰਦਾ ਕਿ ਜੋਸ਼ੀ ਜੀ ਇਹ ਕੋਈ ਐਲੀਗੇਸ਼ਨ ਨਹੀਂ ਹੈ, ਇਹ ਸਾਡੇ ਸਾਰਿਆਂ ਦੇ ਵਾਸਤੇ ਚੈਲੰਜ ਬਣ ਗਿਆ ਜੀ। ਸਾਡਾ ਆਉਣ ਵਾਲਾ ਭਵਿੱਖ, ਸਾਡੀ ਆਉਣ ਵਾਲੀ ਪੀੜ੍ਹੀ ਸਾਨੂੰ ਪੁੱਛੇਗੀ ਕਿ ਤੁਸੀਂ ਸਾਡੇ ਵਾਸਤੇ ਕੀ ਕੀਤਾ। ਓਕੇ ਓਕੇ, ਅੱਜ ਸਾਡੇ ਜਿਹੜੇ ਬੱਚੇ ਨੇ, ਮਾਫ਼ ਕਰਨਾ, ਓਕੇ ਓਕੇ, ਅਗਰ ਕਿਸੇ ਦੀ ਸ਼ਾਦੀ ਕਰਨੀ ਹੋਵੇ ਤੇ ਸਾਨੂੰ ਬੱਚਾ ਜਿਹੜਾ ਬੇਟਾ ਹੈ ਉਹ ਬੜੀ ਮੁਸ਼ਕਲ ਨਾਲ ਲੱਭਦਾ ਕਿ ਉਹਦੀ ਸ਼ਾਦੀ ਕਰਨੀ ਵੀ ਨਸ਼ਾ ਨਾ ਕਰਦਾ ਹੋਵੇ। ਹੁਣ ਤੁਸੀਂ ਗੱਲ ਕਰ ਰਹੇ ਸੀ RSS ਦੀ, RSS ਤੇ ਆਪਦਾ ਏਜੰਡਾ ਹੈ ਕਿ ਉਹ ਆਪਣੇ ਤਰੀਕੇ, SGPC ਦਾ ਆਪਣਾ ਏਜੰਡਾ ਹੈ, ਪਰ ਸਾਨੂੰ ਜਿਹੜੀਆਂ ਇਹ ਸੰਸਥਾਵਾਂ ਨੇ ਉਹਨਾਂ ਨੂੰ ਚਾਹੀਦਾ ਕਿ ਪੰਜਾਬ ਦੇ ਵਿੱਚ ਹੋਰ ਕੰਮ ਕਰਕੇ ਪਿੰਕੀ ਜੀ, ਮੈਂ ਇਸ ਮੁੱਦੇ ਤੇ ਨਾ ਤੋਂ ਦੇਖੋ ਇਸ ਮੁੱਦੇ ਤੇ ਮੈਂ ਰਾਹਤ ਹੋਣੀ ਚਾਹੀਦੀ ਹੈ। ਦੇਖੋ ਦੇਖੋ ਵਨੀ ਜੀ, ਮੈਂ ਮਾਫ ਕਰਨਾ ਇਸ ਮੁੱਦੇ ਤੇ ਮੌਨ ਹਾਂ ਤੁਹਾਡੇ ਕੋਲ, ਪਰ ਇਸ ਕਾਫੀ ਦੇਰ ਦੇ ਇੰਤਜ਼ਾਰ ਕਰ ਰਹੇ ਆ ਪਨੀਰ ਸਾਹਿਬ ਨੂੰ ਮੌਕਾ ਦਿੱਤਾ ਜਾਵੇ ਕਹਿਣ ਦਾ। ਪਨੀਰ ਸਾਹਿਬ, ਜਿਹੜੀ ਗੱਲ ਆ ਰਹੀ ਇੱਕ ਤਾਂ ਸਮਾਜਿਕ ਤਣਾਅ ਦੀ ਗੱਲ ਹੈ, ਦੂਸਰਾ ਇਹ ਕਿ ਪੰਜਾਬ ਵਾਲੇ ਬਾਰ ਬਾਰ ਇਹ ਗੱਲ ਕਹਿ ਰਹੇ ਕਿ ਸਾਡੇ ਗੁਆਂਢੀ ਰਾਜ ਰਾਜਸਥਾਨ ਹੈ, ਦੂਜੇ ਰਾਜਾਂ ਤੋਂ ਨਸ਼ੇ ਆ ਰਹੇ ਆ, ਕੀ ਜਿਹੜਾ ਹੈਗਾ ਪੰਜਾਬ ਇਸ ਗੱਲ ਤੋਂ ਮੁਕਤ ਹੋ ਸਕਦਾ? ਇੰਨੀ ਗੱਲ ਕਹਿ ਕੇ ਕਿ ਗੁਆਂਢੀ ਰਾਜਾਂ ਤੋਂ ਨਸ਼ੇ ਆ ਰਹੇ, ਸਾਡੀ ਕੋਈ ਰਿਸਪੋਂਸੀਬਿਲਟੀ ਨਹੀਂ ਬਣਦੀ? ਬਿਲਕੁਲ, ਲਾਅ ਐਂਡ ਆਰਡਰ ਜਿਹੜੀ ਸਿਚੁਏਸ਼ਨ ਹੈ, ਲਾਅ ਐਂਡ ਆਰਡਰ ਮੇਨਟੇਨ ਕਰਨਾ ਜਿਹੜਾ ਹੈਗਾ, ਬਈ ਕੋਈ ਇਲੀਗਲ ਐਕਟੀਵਿਟੀ ਨਾ ਹੋਵੇ, ਉਹ ਸਟੇਟ ਦੀ ਆਪਣੀ ਜ਼ਿੰਮੇਦਾਰੀ ਹੈ ਜੀ। ਔਰ ਜਿਹੜੀ ਆਪਾਂ ਨਸ਼ਿਆਂ ਦੀ ਗੱਲ ਕੀਤੀ ਆ, ਜਿੱਦਣ ਦੇਸ਼ ਆਜ਼ਾਦ ਹੋਇਆ ਸੀ ਉਹਨੂੰ ਜਦੋਂ ਕੌਨਸਟੀਟਿਊਸ਼ਨ ਲਿਖਿਆ ਸੀ ਉਹਦੇ 'ਚ ਇਹ ਕਿਹਾ ਸੀ 10 ਜਾਂ 15 ਸਾਲਾਂ ਦੇ ਵਿੱਚ ਇੱਥੇ ਪ੍ਰੋਹਿਬਿਸ਼ਨ ਲਾਗੂ ਕਰ ਦਿੱਤੀ ਜਾਵੇ। ਔਰ ਜਿਹੜੇ ਤੁਸੀਂ ਫਿਗਰ ਦੱਸੇ ਨੇ ਉਹ ਜਿਹੜੀ ਹੈਗੀਆਂ ਸਰਕਾਰਾਂ ਉਸ ਕੌਨਸਟੀਟਿਊਸ਼ਨ ਜਾਂ ਉਸ ਜਿਹੜੀ ਸੀਗਾ ਸਾਡਾ ਜਿਹੜਾ ਨੇਸ਼ਨ ਬਿਲਡਿੰਗ ਦਾ ਟਾਰਗੇਟ ਸੀ ਉਹਦੇ ਖਿਲਾਫ ਗਈਆਂ। ਅਤੇ ਦੂਸਰੀ ਗੱਲ ਇਹ ਹੈ ਕਿ ਪ੍ਰੋਹਿਬਿਸ਼ਨ ਵਰਗੀਆਂ ਜਿਵੇਂ ਹਰਿਆਣੇ ਦੇ ਵਿੱਚ ਅਸੀਂ ਕੀਤਾ, ਹੋਰ ਜਗ੍ਹਾ ਦੇ ਵਿੱਚ ਵੀ ਕਈ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਜਦੋਂ ਤੁਸੀਂ ਇਹ ਇੰਪਲੀਮੈਂਟ ਕਰਦੇ ਹੋ, ਪਾਬੰਦੀਆਂ ਲੱਗਦੀਆਂ ਨੇ ਜੀ ਜੀ ਲੀਗਲ ਲਾਅ ਦੇ ਥਰੂ, ਉਹ ਸਮਗਲਿੰਗ ਵਗੈਰਾ ਉਹਨੂੰ ਜਿਹੜੀ ਹੈਗੀ ਆ ਉਹ ਵਧਾਈ ਜਾਂਦੀ ਹੈ। ਜਿਹੜੀ ਜੋਸ਼ੀ ਸਾਹਿਬ ਨੇ ਗੱਲ ਕੀਤੀ ਆ, ਵੀ ਬਿਲਕੁਲ ਹੁਣ ਮੈਂ ਉਸ ਨੂੰ ਅੱਗੇ ਵਧਾਉਂਦਾ ਇਹ ਗੱਲ ਕਰਨੀ ਚਾਹੁੰਦਾ ਕਿ ਹੁਣ ਜਦੋਂ ਕਿ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਉੱਤੇ ਐਲੀਗੇਸ਼ਨ ਜਾਂ ਇਹ ਹੋ ਗਏ ਆ, ਹੁਣ ਇਹਨਾਂ ਨੂੰ ਕੰਸੈਂਸਸ ਬਣਾਉਣਾ ਸੌਖਾ ਹੋ ਜਾਏਗਾ ਕਿ ਜਿਹੜੀ ਵਾਰ ਔਨ ਟੈਰਰ ਜਿਹੜੀ ਹੈ, ਵਾਰ ਔਨ ਡਰੱਗਸ ਜਿਹੜੀ ਹੈ, ਸਾਂਝੀ ਜਿਹੜੀ, ਬਿਲਕੁਲ ਜਿਹੜੀ ਨਾਰਕੋ ਟੈਰਰਿਜ਼ਮ ਦਾ ਜਿਹੜਾ ਨਾਰਕੋ ਟੈਰਰਿਜ਼ਮ ਦਾ ਫੀਨੋਮੀਨਨ ਹੈ ਇੰਟਰਨੈਸ਼ਨਲ ਲੈਵਲ ਤੇ, ਜਿੱਥੇ ਟੈਰਰਿਜ਼ਮ ਫੈਲਦਾ ਉਹਦੇ ਨਾਲ ਨਾਰਕੋਟਿਕਸ ਆਉਂਦੇ ਆਉਂਦੇ ਆ, ਜਿਹੜੀ ਟੈਰਰਿਜ਼ਮ ਹੈ, ਜਿਹੜੀ ਟੈਰਰਿਜ਼ਮ ਹੈ ਉਹ ਸਿਰਫ ਬੰਦੂਕ ਨਹੀਂ ਹੈ, ਉਹ ਇੱਕ ਇੱਕ ਪੋਲੀਟੀਕਲ ਵੈਪਨ ਹੈ, ਔਰ ਉਹ ਪੋਲੀਟੀਕਲ ਵੈਪਨ ਦੇਖੋ ਗੱਲ ਇਹ ਹੈ, ਅਸੀਂ ਇਸ ਇਸ਼ੂ ਨੂੰ ਆਈਡੈਂਟੀਫਾਈ ਕੀਤਾ ਜੀ, ਔਰ ਇਸ ਇਸ਼ੂ ਦੇ ਉੱਪਰ ਅਸੀਂ ਕੈਂਪੇਨ ਸ਼ੁਰੂ ਕੀਤੀ ਜਿਹੜੀ ਨੌਨ ਅਕਿਊਜ਼ਿੰਗ ਹੈ, ਕਿਸੇ ਨੂੰ ਬੁਰਾ ਨਹੀਂ ਕਹਿੰਦੀ, ਸੋਲੂਸ਼ਨ ਓਰੀਐਂਟਿਡ ਹੈ ਔਰ ਪੋਜ਼ਿਟਿਵਿਟੀ ਫੈਲਾਉਂਦੀ ਹੈ, ਔਰ ਸਾਡੀ ਉਸ ਕੈਂਪੇਨ ਦਾ ਸਾਨੂੰ ਅਸਰ ਦਿਖਣਾ ਸ਼ੁਰੂ ਹੋਇਆ, ਔਰ ਅਸੀਂ ਲਗਭਗ ਦਸੰਬਰ ਦੇ ਮਹੀਨੇ ਅੰਦਰ ਅਵਿਨਾਸ਼ ਰਾਏ ਖੰਨਾ ਸਾਡੇ MP, ਵਿਜੇ ਸਾਂਪਲਾ ਸਾਡੇ ਕੇਂਦਰੀ ਵਜ਼ੀਰ ਅਤੇ ਮੈਂ ਤਿੰਨੋਂ ਬੈਠੇ ਸੀ, ਅਸੀਂ ਜੋਸ਼ੀ ਫਾਊਂਡੇਸ਼ਨ ਦੇ ਬੈਨਰ ਤਲੇ ਪੰਜਾਬ ਦਾ ਕੈਂਪੇਨ ਚਲਾਉਣੀ ਸ਼ੁਰੂ ਕਰਤੀ। ਅਸੀਂ ਇਹ ਗੱਲ ਨੂੰ ਬਾਰ ਬਾਰ ਕਹਿ ਰਹੇ ਹਾਂ, ਪਰਿਵਾਰ, ਸਮਾਜ ਔਰ ਸਰਕਾਰ ਤਿੰਨੋਂ ਮਿਲ ਕੇ ਹੀ ਨਸ਼ਾ ਖਤਮ ਕਰ ਸਕਦੇ ਨੇ, ਕੱਲੇ ਸਰਕਾਰਾਂ ਦੇ ਵਾਸਤੇ ਨਹੀਂ ਹੈ। ਅੱਜ ਜਿਹੜੇ ਪਰਿਵਾਰ ਹੈ ਆਪਣੇ ਬੱਚਿਆਂ ਨੂੰ ਸੰਸਕਾਰ ਨਹੀਂ ਦੇ ਪਾ ਰਹੇ, ਮਾਂ ਬਾਪ ਬੱਚਿਆਂ ਧਿਆਨ ਨਹੀਂ ਕਰ ਪਾ ਰਹੇ, ਚਲੋ ਨਸ਼ੇ ਲਈ ਤੁਸੀਂ ਸਰਕਾਰ ਨੂੰ ਜ਼ਿੰਮੇਵਾਰ ਕਰੋ, ਸਾਡੀ ਸਰਕਾਰ ਜਾਂ ਕਿਸੇ ਹੋਰ ਸਰਕਾਰ ਨੂੰ, ਇਹ ਦੱਸੋ ਜਿਹੜੇ ਕੁੜੀਆਂ ਦੇ ਖਿਲਾਫ ਅੱਤਿਆਚਾਰ ਵਧ ਰਿਹਾ ਦੇਸ਼ ਦੇ ਅੰਦਰ, ਉਹਦੇ ਲਈ ਕੌਣ ਜ਼ਿੰਮੇਵਾਰ ਹੈ? ਜਗਤਾਰ ਜੀ, ਗੱਲ ਇਹ ਹੈ ਕਿ ਇਸ ਦੇਸ਼ ਦੇ ਅੰਦਰ ਲੜਕੀ ਨੂੰ ਦੇਵੀ ਰੂਪ ਮੰਨਿਆ ਗਿਆ, ਉਹਦੀ ਪੂਜਾ ਹੁੰਦੀ ਹੈ ਉਸ ਦੇਸ਼ 'ਚ, ਹੋਵੇ ਕਾਰਨ ਹੈ ਕਿ ਮਾਂ ਬਾਪ ਜਿਹੜਾ ਹੈ ਬੱਚਿਆਂ ਨੂੰ ਬਣਦਾ ਸਮਝ ਦੇ ਪਾ ਰਹੇ, ਸੰਸਕਾਰ ਨਹੀਂ ਦੇ ਪਾ ਰਹੇ, ਉਹਦੇ ਕਰਕੇ ਬਹੁਤ ਸਾਰੇ ਜੀ। ਸਾਡੇ ਕੋਲ ਸਮਾਂ, ਮੈਂ ਲਾਸਟ ਕਮੈਂਟ ਜਿਹੜਾ ਹੈਗਾ ਤੁਹਾਡੇ ਭਾਜੀ ਲੈਣਾ ਚਾਹੁੰਦਾ ਇਸ ਮੁੱਦੇ ਦੇ ਉੱਤੇ, ਉਹ ਇਹ ਹੈ ਕਿ ਜਿੱਦਾਂ ਇਹਨਾਂ ਨੇ ਜ਼ਿਕਰ ਕੀਤਾ, ਪੰਦੇਰ ਜੀ ਵੀ ਨਹੀਂ ਕਿਹਾ, ਸਾਨੂੰ ਸਾਂਝੇ ਤੌਰ 'ਤੇ ਪੋਲੀਟੀਕਲ ਜਿਹੜੇ ਆਪਣੇ ਇੰਟਰਸਟ ਹੈ ਉਹਨਾਂ ਤੋਂ ਉੱਪਰ ਉੱਠ ਕੇ ਇਹ ਗੱਲ, ਜਿਹੜੀ ਦੂਜੀ ਗੱਲ ਤੁਸੀਂ ਕਹਿ ਰਹੇ ਸੀ ਮੈਂ ਉਹ ਵੀ ਤੁਹਾਡੇ ਨਾਲ ਜਿਹੜੀ ਐਡ ਕਰਨੀ ਚਾਹੁੰਦਾ, ਜਦੋਂ ਧਾਰਮਿਕ ਜਥੇਬੰਦੀਆਂ ਦੀ ਗੱਲ ਕਰਦੇ ਹਾਂ, ਚਾਹੇ ਕਿਸੇ ਵਰਗ ਨਾਲ ਵੀ ਜੁੜੀਆਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦੂਜੀਆਂ ਜਥੇਬੰਦੀਆਂ, ਪੰਜਾਬ 'ਚ ਇੱਕ ਵੀ ਇਹੋ ਜਿਹੀ ਧਾਰਮਿਕ ਜਥੇਬੰਦੀ ਨਹੀਂ ਹੈ ਜਿਹਨੇ ਕੋਈ ਪਿੰਡ ਜਾਂ ਸ਼ਹਿਰ ਅਡੋਪਟ ਕੀਤਾ ਹੋਵੇ ਕਿ ਅਸੀਂ ਇਸ ਨੂੰ
ਪਰਦੇਸ ਸਾਹਿਬ ਨੂੰ ਯਾਦ ਹੋਊਗਾ ਕਿ ਸਰਦਾਰ ਸ਼ਮਸ਼ੇਰ ਸਿੰਘ ਦੂਲੋ ਪ੍ਰਧਾਨ ਹੁੰਦੇ ਸੀ, ਅਸੀਂ ਨਸ਼ਿਆਂ ਦੇ ਖਿਲਾਫ਼ ਮੁਹਿੰਮ ਚਲਾਈ। ਬਸ ਮੈਂ ਕਮੈਂਟ ਹੀ ਜਾਵਾਂਗਾ ਤੁਹਾਡਾ ਲਾਸ, ਸਮਾਂ ਬਿਲਕੁਲ ਨਹੀਂ ਹੈ। ਅਸੀਂ ਉੱਥੇ ਚਲਾਈ ਜਿਹੜਾ SGPC ਜਿਹੜੀ ਕੰਮ ਕਰਦੀ ਹੈ ਅੰਮ੍ਰਿਤਸਰ ਤੋਂ। ਜੀ ਜੀ, ਤੁਸੀਂ ਇਹ ਦੇਖੋਗੇ ਅੰਮ੍ਰਿਤਸਰ ਦੇ ਵਿੱਚ ਕਿੰਨੇ ਨਸ਼ੇ ਵਿਕ ਰਹੇ ਨੇ। ਜੀ ਜੀ, ਉਹਦਾ ਜ਼ਿੰਮੇਵਾਰ ਕੌਣ ਹੈ? ਸਰਕਾਰ ਤਾਂ ਇੱਕ ਪਾਸੇ ਜ਼ਿੰਮੇਵਾਰੀ ਨਿਭਾਈ ਜਿਹੜੀ ਜਾਣੀ ਚਾਹੀਦੀ ਨਹੀਂ। ਥੈਂਕ ਯੂ ਵੈਰੀ ਮੱਚ। ਅਸੀਂ ਆਪਣੇ ਮਹਿਮਾਨਾਂ ਦੇ ਨਾਲ ਜਿਸ ਮੁੱਦੇ ਉੱਤੇ ਚਰਚਾ ਕਰਾਂਗੇ, ਇਹਦੇ ਸਾਡੇ ਮਹਿਮਾਨਾਂ ਬਾਰੇ ਆਪਸੀ ਰਾਏ ਦੇ ਵਿੱਚ ਕੋਈ ਮਤਭੇਦ ਨਹੀਂ ਹੈ ਕਿ ਨਸ਼ੇ ਪੰਜਾਬ ਨੂੰ ਕੁਣ ਵਾਂਗ ਖਾ ਰਹੇ ਆ। ਇਹ ਗੱਲ ਵੀ ਸਹੀ ਹੈ ਜਿਹੜਾ ਕਿ ਕਿਸੇ ਦੇ ਜਾਤੀ ਤੌਰ 'ਤੇ ਝਕੜਸ਼ਾਲੀ ਦੀ ਗੱਲ ਨਹੀਂ। ਜੇਕਰ ਕਿਸੇ ਨੇਤਾ ਦਾ PA, ਉਹਦਾ ਭਤੀਜਾ, ਉਹਦਾ ਬੇਟਾ ਜਾਂ ਨਜ਼ਦੀਕੀ ਰਿਸ਼ਤੇਦਾਰ ਡਰੱਗਸ ਦੇ ਕਾਰੋਬਾਰ ਦੇ ਵਿੱਚ ਜਾਂ ਅਸਲੇ ਦੇ ਕਾਰੋਬਾਰ ਦੇ ਵਿੱਚ ਕਰੋੜਾਂ ਰੁਪਏ ਦੀ ਠੱਗੀਆਂ ਮਾਰਦਾ ਹੋਏਗਾ, ਤਾਂ ਉਹ ਸਿਆਸਤਦਾਨ ਵੀ ਉਸ ਜ਼ਿੰਮੇਵਾਰੀ ਤੋਂ ਬਚ ਨਹੀਂ ਸਕਦਾ। ਇਹਨਾਂ ਮੁੱਦਿਆਂ 'ਤੇ ਲੈ ਕੇ ਪੰਜਾਬ ਦੇ ਇੱਕ ਸਿਆਣੇ ਨੇ ਬਹੁਤ ਇੰਪੋਰਟੈਂਟ ਗੱਲ ਕਹੀ ਹੈ ਕਿ ਇਸ ਵੇਲੇ ਸਥਿਤੀ ਇਹ ਬਣ ਗਈ ਹੈ ਕਿ ਜਿਹੜੀ ਦੇਸ਼ ਦੀ ਰਾਜਨੀਤੀ ਹੈ ਚਾਹੇ ਪੰਜਾਬ ਦੀ ਰਾਜਨੀਤੀ ਹੈ, ਉਹ ਆਪਣੀ ਵਿਸ਼ਵਾਸ ਯੋਗਤਾ ਗੁਆ ਚੁੱਕੀ ਹੈ। ਅਸਲ 'ਚ ਪੰਜਾਬ ਨੂੰ ਵੀ ਕਿਹੋ ਜਿਹੇ ਡਾਕਟਰ ਦੀ ਜ਼ਰੂਰਤ ਹੈ ਜਿਹੜਾ ਇਸ ਦੀ, ਜਿੱਦਾਂ ਜੋਸ਼ੀ ਜੀ ਨੇ ਗੱਲ ਕੀਤੀ ਹੈ, ਇਸ ਦੀ ਬਿਮਾਰੀ ਨੂੰ ਸਮਝ ਕੇ ਇਹਦੇ ਇਲਾਜ ਕਰਨ ਦੇ ਕਾਬਲ ਹੋਵੇ। ਇਹ ਗੱਲ ਵੀ ਸਹੀ ਹੈ ਕਿ ਕੇਵਲ ਨਸ਼ਿਆਂ ਦੇ ਮੁੱਦੇ 'ਤੇ ਰਾਜਸੀ ਰੋਟੀਆਂ ਸੇਕਣਾ ਇੱਦਾਂ ਹੀ ਹੈ ਜਿੱਦਾਂ ਕਿਸੇ ਜਵਾਨ ਪੁੱਤ ਦੇ ਸਿਵੇ ਦੀ ਅੱਗ ਸੇਕਣਾ। ਇਹਨਾਂ ਮੁੱਦਿਆਂ 'ਤੇ ਚਰਚਾ 'ਚ ਸ਼ਾਮਿਲ ਹੋਣ ਦੇ ਲਈ ਮੈਂ ਜੋਸ਼ੀ ਜੀ, ਪਿੰਕੀ ਜੀ, ਪੰਦੇਰ ਸਾਹਿਬ ਤਿੰਨਾਂ ਦਾ ਧੰਨਵਾਦੀ ਹਾਂ। ਔਰ ਇਸ ਮੁੱਦੇ 'ਤੇ ਕੋਈ ਵੀ ਰਾਏ ਦੇਣ ਦੇ ਲਈ ਪਤਾ ਹੈ ਜਗਤਾਰ ਸਿੱਧੂ @ globalpunjabtv.com।